ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਵੀਰ ਦਵਿੰਦਰ ਸਿੰਘ ਲਾਲੀ ਸੋ ਅੱਜ ਦੀ ਵੀਡੀਓ ਦਾ ਵਿਸ਼ਾ ਛੱਠੀ ਮੂੰਗੀ ਦੀ ਬਜਾਈ ਜਾਂ ਗਰਮ ਮੌਸਮ ਵਾਲੀ ਮੂੰਗੀ ਜਿਹਨੂੰ ਆਪਾਂ ਕਹਿਸਾਂਦੇ ਆ ਸੋ ਬਜਾਈ ਵੇਲੇ ਕਿਹੜੀਆਂ ਬੀ ਲਈਏ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਉਹਦੇ ਬਾਰੇ ਅੱਜ ਦੀ ਵੀਡੀਓ ਹੈ ਸੋ ਨਵੇਂ ਕਿਸਾਨ ਵੀਰ ਸਾਡੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰੋ ਅੱਜ ਜੀ 5 ਅਪ੍ਰੈਲ 2022 ਆ ਆ ਜਿਹੜਾ ਤੁਸੀਂ ਖੇਤ ਦੇਖ ਰਹੇ ਹੋ ਸਾਡਾ ਆਲੂਆਂ ਵਾਲਾ ਖੇਤ ਆ ਆਲੂ ਤੋਂ ਬਾਅਦ ਪੱਟ ਕੇ ਅਸੀਂ ਇਹਦੇ ਵਿੱਚ ਮੂੰਗੀ ਦੀ ਬਜਾਈ ਕਰ ਰਹੇ ਆ ਛੱਠੀ ਮੂੰਗੀ ਜਿਹਨੂੰ ਕਹਿੰ ਇਸ ਤਰ੍ਹਾਂ ਕੋਈ ਵੀ ਕਿਸਾਨ ਆ ਜਿਹੜਾ ਆਲੂ ਬੀਜ ਰਿਹਾ ਆਲੂ ਆਲੂ ਤੋਂ ਬਾਅਦ ਮੂੰਗੀ ਤੇ ਮੂੰਗੀ ਤੋਂ ਬਾਅਦ ਦੁਬਾਰਾ ਚੌਥ ਸਾਲ ਚ ਤਿੰਨ ਤਿੰਨ ਫਸਲਾਂ ਲੈ ਕੇ ਆਪਾਂ ਵੱਧ ਤੋਂ ਵੱਧ ਪ੍ਰੋਫਿਟ ਕਮਾ ਸਕਦੇ ਆ ਤੇ ਇੱਕ ਮੂੰਗੀ ਜੇ ਤੁਸੀਂ ਖੇਤ ਚ ਬੀਜੋਗੇ ਤੇ ਇਸ ਨਾਲ ਤੁਸੀਂ ਆਪਦੀ ਜ਼ਮੀਨ ਦੀ ਅਬਜਾਊ ਸ਼ਕਤੀ ਵੀ ਵਧਾ ਸਕਦੇ ਹੋ ਕਿਉਂਕਿ ਜਿਹੜੀਆਂ ਫਸਲ ਫਲੀਆਂ ਵਾਲੀਆਂ ਹੁੰਦੀਆਂ ਨੇ ਉਹਨਾਂ ਦੀਆਂ ਜੜਾਂ ਵਿੱਚ ਨਾਈਟ੍ਰੋਜਨ ਭਰਪੂਰ ਮਾਤਰਾ ਚ ਹੁੰਦੀ ਹੈ ਤੇ ਇਸ ਤਰ੍ਹਾਂ ਖੇਤ ਦੀ ਅਬਜਾਊ ਸ਼ਕਤੀ ਵੀ ਵਾਧੀ ਹੈ ਹੁਣ ਆਪਾਂ ਕੁਝ ਗੱਲ ਕਰਦੇ ਆਂ ਦੇਖੋ ਕਈ ਕਿਸਾਨ ਵੀਰ ਤਾਂ ਆਲੂਆਂ ਵਾਲੇ ਨੇ ਜਿਹੜੇ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਤੁਸੀਂ ਮੂੰਗੀ ਬੀਜ ਕੇ ਇਹਨਾਂ ਦਿਨਾਂ ਵਿੱਚ 60ੀ ਮੂੰਗੀ ਬੀਜ ਕੇ ਤੇ ਆਪਦੇ ਸਹੀ ਸਮੇਂ ਤੇ ਆਲੂ ਬੀਜ ਸਕਦੇ ਹੋ ਕਈ ਕਿਸਾਨ ਵੀਰ ਨੇ ਜਿਵੇਂ ਜਿਨ੍ਹਾਂ ਨੇ ਹੁਣ ਕਣਕ ਦੀ ਫਸਲ ਦੀ ਕਟਾਈ ਤੋਂ ਬਾਅਦ ਵੀ ਤੁਸੀਂ ਤੁਹਾਡੇ ਕੋਲ 60-65 ਦਿਨ ਹੁੰਦੇ ਨੇ ਤੇ ਚੌਲ ਲਾਉਣ ਤੱਕ ਆਪਣਾ ਖੇਤ ਵਿਹਲਾ ਹੀ ਹੁੰਦਾ ਤੇ ਉਹ ਸਮੇਂ ਵਿੱਚ ਵੀ ਆਪਾਂ ਮੂੰਗੀ ਦੀ ਫਸਲ ਬੀਜ ਕੇ 60ੀ ਮੂੰਗੀ ਜਿਹਨੂੰ ਕਹਿੰਦੇ ਆ 60ੀ ਮੂੰਗੀ ਬੀਜ ਕੇ ਆਪਾਂ ਪ੍ਰੋਫਿਟ ਵੀ ਲੈ ਸਕਦੇ ਹੋ ਜ਼ਮੀਨ ਦੀ ਅਬਜਾਊ ਸ਼ਕਤੀ ਵੀ ਵਿਦਾ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਆਪਦੇ ਦੁਆਰੇ ਸਮੇ ਸਿਰ ਚੌਲ ਬੀ ਸਕਦੇ ਹੋ ਤੇ ਹੁਣ ਕੁਝ ਬੀਨੇ ਜਿਹੜੇ ਯੂਨੀਵਰਸਿਟੀ ਵੱਲੋਂ ਰეკਮੈਂਡ ਕਰੇ ਹੋਏ ਨੇ ਤੇ ਡਾਕਟਰ ਕੁਲਦੀਪ ਸਿੰਘ ਸ਼ੇਰਗਿੱਲ ਦੀ ਵੀ ਰეკਮੈਂਡੇਸ਼ਨ ਹੈ ਜਿਵੇਂ ਐਸਐਮਐਲ 1827 ਐਸਐਮਐਲ 832 TMV 37A B ਨੇ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਆ ਤੇ ਤੁਹਾਨੂੰ ਯੂਨੀਵਰਸਿਟੀ ਦੇ ਗੇਟ ਨੰਬਰ 1 ਤੋਂ ਮਿਲਣਗੇ ਜਾਂ ਤੁਹਾਡੇ ਏਰੀਆ 'ਚ ਕੋਈ ਵੱਡੀ ਦੁਕਾਨ ਆ ਉੱਥੋਂ ਮਿਲ ਸਕਦੇ ਆ ਹੁਣ ਹੋਰ ਵੀ B ਨੇ ਜਿਹੜੇ ਪੁਰਾਣੇ ਤੇ ਮਸ਼ਹੂਰ B ਨੇ ਜਿਵੇਂ 668 B ਆ ਪੁਰਾਣਾ B ਆ ਵਧੀਆ ਝਾੜ ਹੁੰਦਾ 444 ਤੇ 505 ਇਹ ਜੇ 6 B ਜੇ ਤੁਹਾਨੂੰ ਕਿਤੋਂ ਵੀ ਅਵੇਲੇਬਲ ਹੁੰਦੇ ਆ ਤੇ ਤੁਸੀਂ ਇਹਨਾਂ ਨੂੰ ਲੈ ਕੇ ਵੇਚ ਸਕਦੇ ਹੋ ਵਧੀਆ ਝਾੜ ਆ ਇਹਨਾਂ ਦਾ ਹੁਣ ਕਿੰਨਾ B ਲਵੋ ਦੇਖੋ ਜੀ ਬੀ ਯੂਨੀਵਰਸਿਟੀ ਵੱਲੋਂ ਤਾਂ 12 ਤੋਂ 15 ਕਿਲੋ ਪ੍ਰਤੀ ਕਿਲੇ ਦੀ ਸਿਫਾਰਸ਼ ਕਰੀ ਗਈ ਹੈ ਜੇ ਬੀ ਤੁਹਾਡੇ ਥੋੜੇ ਜਿਮੋਟੀ ਮੋٹے ਨੇ ਤਾਂ ਮੋਟਾ ਮੂੰਗੀ ਦਾ ਬੀ ਆ ਤਾਂ ਤੁਸੀਂ 15 18 ਕਿਲੋ ਵੀ ਲੈ ਸਕਦੇ ਹੋ ਜੇ ਬੀ ਬਰੀਕ ਮੂੰਗੀ ਹੈ ਤਾਂ ਤੁਸੀਂ 12 ਕਿਲੋ ਲੈ ਛੱਠੀ ਮੂੰਗੀ ਆਮ ਤੌਰ ਤੇ ਮੋਟੀ ਹੀ ਹੁੰਦੀ ਹੈ ਤੁਸੀਂ 15 18 ਕਿਲੋ ਵੀ ਬੀ ਲੈ ਸਕਦੇ ਹੋ ਅੱਜ ਅਸੀਂ ਜਿਹੜਾ ਬੀ ਬੀਜਿਆ ਤਕਰੀਬਨ 18 ਕਿਲੋ ਪ੍ਰਤੀ ਕਿਲੇ ਨਾਲ ਸਾਡਾ ਬੀ ਬੀਜਿਆ ਗਿਆ ਚਲੋ ਠੀਕ ਆ ਹੁਣ ਝਾੜ ਯੂਨੀਵਰਸਿਟੀ ਵੱਲੋਂ ਤਾਂ 5-6 ਕੁਆਂਟਰ ਪ੍ਰਤੀ ਕਿਲੇ ਚੋਂ ਝਾੜ ਮੂਗੀ ਦਾ ਹੋ ਸਕਦਾ ਪਰ ਕਈ ਕਿਸਾਨ ਮਾਹਰ ਵੀਰਾਂ ਨੇ ਆਪਦੇ ਤਜਰਬੇ ਸ਼ੇਅਰ ਕਰੇ ਸੀ ਉਹਨਾਂ ਨੇ ਦੱਸਿਆ ਵੀ ਜੇ ਮੌਸਮ ਵਧੀਆ ਤੇ ਤੁਸੀਂ ਇਹਦਾ ਵਧੀਆ ਧਿਆਨ ਰੱਖਦੇ ਹੋ ਤਾਂ ਤੁਸੀਂ 10 ਤੋਂ 12 ਕੁਆਂਟਰ ਪ੍ਰਤੀ ਕਿਲੇ ਦਾ ਵੀ ਮੂਗੀ ਪ੍ਰਾਪਤ ਕਰ ਸਕਦੇ ਹੋ ਹੁਣ ਖਾਦਾਂ ਕਿਹੜੀਆਂ ਪਾਈਏ ਉਹਦੇ ਬਾਰੇ ਵੀ ਕਈ ਕਿਸਾਨ ਵੀਰ ਇਹਦੇ ਬਾਰੇ ਵੀ ਕਈ ਵਿਚਾਰ ਕਰਦੇ ਆ ਵੀ ਕਿਹੜੀਆਂ ਖਾਦਾਂ ਪਾਉਣੀਆਂ ਚਾਹੀਦੀਆਂ ਪਰ ਆਲੂ ਵਾਲੇ ਵੀਰਾਂ ਨੇ ਤਾਂ ਕੁਝ ਵੀ ਨਹੀਂ ਪਾਉਣਾ ਕਿਉਂਕਿ ਆਲੂਆਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਖਾਦਾਂ ਪਾਈਆਂ ਹੁੰਦੀਆਂ ਜੋ ਹਲੇ ਵੀ ਉਹ ਜ਼ਮੀਨ ਦੇ ਵਿੱਚ ਮੌਜੂਦ ਹੁੰਦੀਆਂ ਨੇ ਸੋ ਮੂੰਗੀ ਨੂੰ ਲਈ ਆਲੂ ਵਾਲੇ ਵੀਰਾਂ ਨੂੰ ਕੁਝ ਵੀ ਪਾਉਣ ਦੀ ਲੋੜ ਨਹੀਂ ਹੁਣ ਜਿਹੜੇ ਕਿਸਾਨ ਵੀਰ ਸਰੋਂ ਜਾਂ ਕਣਕ ਦੀ ਵੜਾਈ ਤੋਂ ਬਾਅਦ ਮੂੰਗੀ ਦੀ ਖੇਤੀ ਕਰਨੀ ਆ ਉਹ ਕੀ ਵਿਚ ਖਾਦਾਂ ਪਾਉਣ ਤਾਂ ਕਿ ਉਹ ਵਧੀਆ ਆਪਦੀ ਮੂੰਗੀ ਦੀ ਫਸਲ ਦੀ ਪੈਦਾਵਾਰ ਲੈ ਸਕਣ ਸੋ ਜੇ ਤੁਸੀਂ ਬਜਾਈ ਦੇ ਸਮੇਂ ਤੁਸੀਂ ਦੋ ਬੋਰੀਆਂ ਸੁਪਰ ਦੀਆਂ ਵੀ ਪਾ ਸਕਦੇ ਹੋ ਜਾਂ ਇੱਕ ਬੋਰੀ ਡੀਪੀ ਦੀ ਨਾਲ 10-15 ਕਿਲੋ ਯੂਰੀਆ ਵੀ ਪਾ ਸਕਦੇ ਆ ਹੁਣ ਆ ਜੋ ਬਜਾਈ ਦਾ ਢੰਗ ਤੇ ਬਜਾਈ ਦਾ ਸਮਾਂ ਹੁਣ ਜਿਵੇਂ ਆਪਾਂ ਗੱਲ ਕਰੀਆ ਆਲੂ ਵਾਲੇ ਕਿਸਾਨ ਵੀਰ ਨੇ ਜਿਹੜੇ ਉਹ ਤਾਂ ਆਲੂ ਤੋਂ ਬਾਅਦ ਜਿਵੇਂ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਤੁਸੀਂ ਬੀਜ ਸਕਦੇ ਹਾਂ ਪਰ ਜਿਹੜੇ ਕਿਸਾਨ ਵੀਰਾਂ ਦੀ ਕਣਕ ਬੀਜੀ ਹੁੰਦੀ ਆ ਉਹ ਤਕਰੀਬਨ ਵਿਸਾਖੀ ਤੋਂ ਬਾਅਦ ਹੀ ਵੱਢੀ ਜਾਂਦੀ ਆ ਸੋ 20/ਅਪ੍ਰੈਲ ਤੱਕ ਵੀ ਬੈਸਟ ਟਾਈਮ ਆ ਤੁਸੀਂ ਕਣਕ ਵਾਲੇ ਵੀਰ ਉਸ ਤੋਂ ਬਾਅਦ ਤੁਸੀਂ ਮੂੰਗੀ ਦੀ ਫਸਲ ਬੀਜ ਸਕਦੇ ਹੋ ਕਿਵੇਂ ਬੀਜਣੀਆਂ ਦੇਖੋ ਆ ਵੀ ਆਪਾਂ ਗਾਹਾਂ ਵਿਚਾਰ ਕਰਾਂਗੇ ਦੇਖੋ ਜਦੋਂ ਆਪਾਂ ਕਣਕ ਵੱਢ ਲੈਂਦੇ ਆ ਤੂੜੀ ਸਾਂਭ ਕੇ ਆਪਾਂ ਉਹਦੇ ਉਹ ਇਦਾਂ ਹੀ ਰੌਣੀ ਕਰਕੇ ਤੁਸੀਂ ਖੜੇ ਕਰਚਿਆਂ ਦੀ ਬੀਜ ਸਕਦੇ ਹੋ ਜ਼ੀਰੋ ਡਰੈਲ ਨਾਲ ਜਾਂ ਤੁਸੀਂ ਹੈਪੀ ਸੀਡਰ ਨਾਲ ਵਧੀਆ ਉਹਦਾ ਵੀ ਝਾੜ ਬਹੁਤ ਵਧੀਆ ਹੁੰਦਾ ਹੁਣ ਅੱਜ ਸਮਾਂ ਵੀ ਤੁਹਾਨੂੰ ਦੱਸਦਾ ਹੁਣ ਬਜਾਈ ਦੇ ਢੰਗ ਜਿਵੇਂ ਤੁਹਾਨੂੰ ਇੱਕ ਆ ਢੰਗ ਦੱਸਿਆ ਵੀ ਖੜੀ ਕਣ ਜਦੋਂ ਕਣਕ ਆਪਾਂ ਵੜ ਲੈਨੇ ਆ ਤੇ ਤੂੜੀ ਤੋਂ ਬਾਅਦ ਰਹਿਨਦ ਗੁੰਦ ਸਾਬ ਲੈਨੇ ਆ ਤੇ ਉਹ ਉਸ ਦੀ ਆਪਾਂ ਰੌਣੀ ਕਰ ਲੋ ਤੇ ਰੌਣੀ ਤੋਂ ਬਾਅਦ 0 ਡ੍ਰਿਲ ਜਾਂ ਹੈਪੀ ਸੀਡਰ ਬਹੁਤ ਵਧੀਆ ਰਿਜ਼ਲਟ ਆਉਂਦਾ ਜਾਂ ਜਿਹੜੇ ਆਲੂ ਵਾਲੇ ਬੀ ਨੇ ਵੀਰ ਨੇ ਜਾਂ ਜਦੋਂ ਤੁਸੀਂ ਆਪਦਾ ਫਸਲ ਕੱਟਣ ਤੋਂ ਬਾਅਦ ਖੇਤ ਨੂੰ ਪੂਰੀ ਤਰ੍ਹਾਂ ਵਾਹ ਕੇ ਪੱਧਰ ਕਰਕੇ ਸੁਹਾਗਾ ਲਾ ਕੇ ਕਣਕ ਵਾਲੀ ਮਸ਼ੀਨਾਂ ਵੀ ਬੀਜ ਸਕਦੇ ਹੋ ਉਹ ਵੀ ਬਹੁਤ ਵਧੀਆ ਸਿਆੜ ਤੋਂ ਸਿਆੜ 7 ਇੰਚ ਫਾਸਲਾ ਦਾਣੇ ਤੋਂ ਦਾਣਾ 2-3 ਇੰਚ ਤੇ ਹੋਣਾ ਜ਼ਰੂਰੀ ਆ ਕਈ ਏਰੀਏ ਦੇ ਵਿੱਚ ਬੈਡਾਂ ਤੇ ਵੀ ਮੂੰਗੀ ਬੀਜਦੇ ਆ ਉਹਦਾ ਵੀ ਬਹੁਤ ਵਧੀਆ ਝਾੜ ਆ ਉਹਦੇ ਨਾਲ ਐਦਾਂ ਹੁੰਦਾ ਵੀ ਜਿੱਥੇ ਪਾਣੀ ਜਿਆਦੇ ਮਾਤਰਾ ਚ ਥੋੜੇ ਏਰੀਏ ਚ ਸੇਮ ਆ ਜਾਂ ਪਾਣੀ ਮੀਂਹ ਜਿਆਦੇ ਪੈ ਜਾਂਦੇ ਆ ਉਹ ਉਹ ਏਰੀਆ ਚ ਤੁਸੀਂ ਬੈਡਾਂ ਤੇ ਵੀ ਬੀਜ ਸਕਦੇ ਹੋ ਉਹਦਾ ਵੀ ਵਧੀਆ ਰਿਜ਼ਲਟ ਆ ਜਾਂਦਾ ਹੁਣ ਆਜੋ ਜੀ ਨਦੀਨਾਂ ਦੀ ਕਿਵੇਂ ਰੋਕਥਾਮ ਕਰੀਏ ਨਦੀਨਾਂ ਦਾ ਵੀ ਧਿਆਨ ਥੋੜਾ ਜਿਹਾ ਦੇਣਾ ਪਊ ਜੇ ਜਿਆਦੇ ਮਾਤਰਾ ਚ ਨਦੀਨ ਹੋ ਜਾਂਦੇ ਆ ਤੇ ਆਪਣੇ ਝਾੜ ਤੇ ਵੀ ਬਹੁਤ ਅਸਰ ਪਾਉਂਦੇ ਆ ਕੀ ਕਰੀਏ ਦੇਖੋ ਬਜਾਈ ਤੋਂ ਬਾਅਦ ਉਸੇ ਦਿਨ ਹੀ ਤੁਹਾਨੂੰ ਚਾਹੀਦਾ ਵੀ ਤੁਸੀਂ ਸਟੈਂਪ ਦੀ ਸਪਰੇਅ ਕਰੋ 30% ਵਾਲੀ ਕਰ ਤੋਂ ਤੇ ਵਰਤਨ ਦਾ ਸਪਰੇਅ ਦਾ ਸਮਾਂ ਤੁਹਾਨੂੰ ਦੱਸਦਾ ਵੀ ਸ਼ਾਮ ਦਾ ਸਮਾਂ ਲਓ ਕਿਉਂਕਿ ਜਦੋਂ ਤੁਸੀਂ ਸਪਰੇਅ ਕਰਦੇ ਹੋ ਤਾਂ ਸੂਰਜ ਨਹੀਂ ਹੋਣਾ ਚਾਹੀਦਾ 5-7 ਘੰਟੇ ਠੰਡਾ ਮੌਸਮ ਹੋਵੇ ਤਾਂ ਕਿ ਦਵਾਈ ਵਧੀਆ ਰਵ ਦੇ ਤਰੀਕੇ ਨਾਲ ਕੰਮ ਕਰ ਸਕੇ ਹੁਣ ਪਾਣੀ ਕਦੋਂ ਲਾਉਣਾ ਦੇਖੋ ਜੀ ਮੂੰਗੀ ਦੀ ਫਸਲ ਆ 60ੀ ਮੂੰਗੀ ਤਕਰੀਬਨ ਗਰਮੀ ਰੁੱਤ ਛੋਂਦੀ ਹੈ ਇਹਨੂੰ ਕੋਈ ਖਾਸ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ 2-3 ਪਾਣੀਾਂ ਚ ਤੁਹਾਡੀ ਮੂੰਗੀ ਪੜ ਜਾਂਦੀ ਹੈ ਪਹਿਲਾ ਪਾਣੀ ਕਦੋਂ ਲਈਏ ਦੇਖੋ ਜੀ ਪਹਿਲਾ ਪਾਣੀ ਲਾਉਣਾ 20 ਦਿਨਾਂ ਤੇ ਲਾਓ ਘਟੋ-ਘਟ ਕਿਉਂਕਿ ਗਰਮ ਰੋਤ ਤਾਂ ਕਈ ਵਾਰੀ ਆਪਾਂ ਨੂੰ 10ਵੇਂ ਦਿਨ ਪੱਤੇ ਸੁੱਕ ਜਾਂਦੇ ਲੱਗਦਾ ਵੀ ਆਪਾਂ ਪਾਣੀ ਲਾ ਦੀਏ ਨਾਲ ਲਾਇਆ ਨਾ ਜਾਵੇ ਕਿਉਂਕਿ ਨਿਆਣੀ ਮੂੰਗੀ ਨੂੰ ਜੇ ਤੁਸੀਂ ਪਾਣੀ ਲਾ ਦੋਨੇ ਇਹਦੇ ਨਾਲ ਇਹ ਘੁੱਟੀ ਜਾਂਦੀ ਆ ਪੀਲੀ ਵੀ ਪੈ ਜਾਂਦੀ ਆ ਸੋ 20ਵੇਂ ਦਿਨ ਪਾਣੀ ਲਾਓ ਤੇ ਪਾਣੀ ਤੋਂ ਬਾਅਦ ਜੇ ਤੁਹਾਡੇ ਨਹੀਂ ਖਾਦਾਂ ਪਾਈਆਂ ਤਾਂ ਤੁਸੀਂ 20 ਕਿਲੋ ਯੂਰੀਆ ਵੀ ਦੇ ਸਕਦੇ ਹੋ ਹੁਣ ਆਜੋ ਜੀ ਜਦੋਂ ਪਾਣੀ ਤੋਂ ਬਾਅਦ ਥੋੜਾ ਜਿਹਾ ਧਿਆਨ ਹੋਰ ਰੱਖਣਾ ਪਊ 20-25 ਦਿਨਾਂ ਦੀ ਮੂੰਗੀ ਦੇ ਸੰਡੀ ਦਾ ਵੇਟ ਆਇ ਇਹਦੇ ਪੱਤੇ ਕੱਟਣ ਲੱਗ ਜਾਂਦੀ ਐ ਖਾਨਦੀ ਐ ਜਾਂ ਪੱਤੇ ਗੋਲ ਹੁੰਦੇ ਆ ਸੋ ਇਹਦੇ ਨਾਲ ਵੀ ਤੁਹਾਡਾ ਖੇਤ ਚ ਮੂੰਗੀ ਸੁੱਕਣ ਲੱਗ ਜੂ ਪੀੜੀ ਪੈਣ ਲੱਗ ਜੂ ਸੋ ਸਮੇਂ ਸਮੇਂ ਧਿਆਨ ਰੱਖ ਕੇ ਇਹਦੇ ਉੱਤੇ ਤੁਸੀਂ ਕੀਟਨਾਸ਼ਕ ਕਰ ਸਕਦੇ ਹੋ ਕੋਈ ਵੀ ਜਿਵੇਂ ਫੇਮ ਕੋਰਾਜਨ ਜਾਂ ਟਕومی ਵਰਤ ਸਕਦੇ ਹੋ ਇਹਨਾਂ ਦੇ ਵਧੀਆ ਰਿਜ਼ਲਟ ਆ ਇਸੇ ਤਰ੍ਹਾਂ ਆਪਾਂ ਜੇ ਆ ਛੱਠੀ ਮੂੰਗੀ ਬੀਜਦੇ ਆ ਜਾਂ ਤਾਂ ਤੁਸੀਂ ਆਲੂਆਂ ਵਾਲੇ ਵੀਰ ਹੋ ਜਿਵੇਂ ਆਲੂਆਂ ਤੋਂ ਬਾਅਦ ਆਪਾਂ ਮੂੰਗੀ ਬੀਜ ਲਈਏ ਚੌਲ ਤਿੰਨ ਫਸਲਾਂ ਲੈ ਕੇ ਪ੍ਰੋਫਟ ਲੈ ਸਕਦੇ ਹੋ ਜਾਂ ਕਣਕ ਤੋਂ ਬਾਅਦ ਜਿਹੜੇ ਕਿਸਾਨ ਵੀਰ ਕਣਕ ਚੌਲ ਬੀਜਦੇ ਹੋ ਉਹਦੇ ਵਿੱਚ ਵੀ ਤੁਹਾਡੇ ਕੋਲੇ 60 ਦਿਨ ਦਾ ਟਾਈਮ ਹੁੰਦਾ ਉਸ ਵਕਤ ਆਪਾਂ ਛੱਠੀ ਮੂੰਗੀ ਬੀਜ ਕੇ ਉਸ ਸਮੇਂ ਆਪਾਂ ਆਪਦਾ ਝੋਨਾ ਵੀ ਲਾ ਸਕਦੇ ਹਾਂ ਇਸ ਤਰ੍ਹਾਂ ਵੱਧ ਤੋਂ ਵੱਧ ਪ੍ਰੋਫਿਟ ਵੀ ਲੈ ਸਕਦੇ ਹਾਂ ਤੇ ਆਪਦੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾ ਸਕਦੇ ਹਾਂ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ